ਇਹਨਾਂ ਗਲਾਸਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੇ ਦੁੱਧ ਪੀਤਾ ਸੀ। ਸ਼ਹੀਦੀ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਦਾ ਸਰੀਰ ਇਸ ਥੜਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਪਿਆ ਸੀ। ਬਾਬਾ ਜ਼ੋਰਾਵਰ ਸਿੰਘ ਜੀ ਦਾ ਸਰੀਰ ਸ਼ਹੀਦੀ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਪਿਆ ਸੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਇਸ ਜਗ੍ਹਾ ਦੇ ਉੱਤੇ ਪਿਆ ਸੀ। ਇਸ ਜਗ੍ਹਾ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ ਗਿਆ ਸੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਫ਼ਰ ਇਹ ਸ਼ਹਾਦਤ 'ਤੇ ਚੱਲਦੇ ਚੱਲਦੇ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਜੋ ਇਤਿਹਾਸ ਇੱਥੇ ਵਾਪਰਿਆ ਸੀ ਉਹਦੇ ਬਾਰੇ ਤੁਹਾਨੂੰ ਸੰਪੂਰਨ ਜਾਣਕਾਰੀ ਦੇਵਾਂਗੇ। ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡੇ ਦੇ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਏ ਸੀ ਜਦੋਂ ਸੂਬੇ ਸਰਹੰਦ ਦੀਆਂ ਫੌਜਾਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡੇ ਦੀ ਜੇਲ੍ਹ 'ਚੋਂ ਲੈ ਕੇ ਇੱਥੇ ਆ ਜਾਂਦੇ ਨੇ। ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਠੰਡੇ ਬੁਰਜ ਦੇ, ਇਸ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਲਿਆ ਕੇ ਰੱਖਿਆ ਜਾਂਦਾ। ਇਹ ਠੰਡਾ ਬੁਰਜ ਜਿਹੜਾ ਹੈਗਾ ਨਾ ਜੀ, ਇਹ ਸੂਬਾ ਏ ਸਰਹੰਦ ਦਾ ਇੱਕ ਤਰ੍ਹਾਂ ਦਾ ਏਸੀ ਕਮਰਾ ਹੁੰਦਾ ਸੀ। ਕਹਿੰਦੇ ਇਹਦੇ ਨਾਲ ਨਾ ਇੱਕ ਨਦੀ ਚੱਲਦੀ ਹੁੰਦੀ ਸੀ, ਉਹ ਹੁਣ ਸੁੱਕ ਗਈ ਆ ਨਦੀ। ਉਹ ਨਦੀ ਦਾ ਪਾਣੀ ਚੱਲਦਾ ਹੁੰਦਾ ਸੀ ਅਤੇ ਠੰਡੀ ਹਵਾ ਜਦੋਂ ਗਰਮੀ ਦੇ ਵਿੱਚ ਚੱਲਦੀ ਸੀ ਨਾ ਲੂ, ਤਾਂ ਉਹ ਠੰਡੀ ਹਵਾ ਉਹਦੇ ਵਿੱਚ ਦੀ ਹੋ ਕੇ ਚੱਲਦੀ ਸੀ ਅਤੇ ਠੰਡਾ ਬੁਰਜ ਜਿਹੜਾ ਹੈਗਾ ਸੀ ਇਹ ਇੱਕ ਤਰ੍ਹਾਂ ਦਾ ਏਸੀ ਹਾਲ ਸੀ ਅਤੇ ਇਹ ਠੰਡਾ ਰਹਿੰਦਾ ਸੀ। ਅਤੇ ਇਸ ਜਗ੍ਹਾ ਦੇ ਉੱਤੇ ਹੀ ਪੋਹ ਦੇ ਮਹੀਨੇ ਦੇ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ। ਮਤਲਬ ਜਿਹੜੇ ਏਸੀ ਹਾਲ ਤੋਂ ਸੂਬਾ ਏ ਸਰਹੰਦ ਗਰਮੀ ਦੇ ਵਿੱਚ ਕੰਮ ਲੈਂਦਾ ਸੀ, ਉਹ ਏਸੀ ਹਾਲ ਜਿਹਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ ਉਹਦੇ ਵਿੱਚ ਪੋਹ ਦੇ ਮਹੀਨੇ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਜੀ। ਅਤੇ ਪੂਰੀ ਠੰਡੀ ਹਵਾ ਸੀਤ ਲਹਿਰ ਚੱਲਦੀ ਹੈ। ਠੰਡਾ ਬੁਰਜ ਇੱਕ ਤਰ੍ਹਾਂ ਦਾ ਉੱਪਰ ਇਹਦੇ ਛੱਤ ਪਈ ਆ, ਆਲੇ ਦੁਆਲੇ ਇਹਦੇ ਮੀਨਾਰ ਪਿੱਲਰ ਲੱਗੇ ਹੋਏ ਨੇ ਅਤੇ ਆਲੇ ਦੁਆਲੇ ਦੇ ਕੋਈ ਵੀ ਦਰਵਾਜ਼ਾ ਨਹੀਂ ਹੁੰਦਾ ਸੀ। ਅਤੇ ਭਾਈ ਮੋਤੀ ਰਾਮ ਮਹਿਰਾ ਜੀ ਇੱਥੇ ਹੀ ਉਹਨਾਂ ਨੂੰ ਦੁੱਧ ਦੀ ਸੇਵਾ ਨਿਭਾਉਂਦੇ ਨੇ, ਜਲ ਪਾਣੀ ਪ੍ਰਸ਼ਾਦੇ ਪਾਣੀ ਦੀ ਸੇਵਾ ਇੱਥੇ ਹੀ ਆ ਕੇ ਛਕਾਉਂਦੇ ਨੇ, ਹੈ ਨਾ। ਇਸ ਤੋਂ ਬਾਅਦ ਆਪਾਂ ਗੁਰਦੁਆਰਾ ਮੋਤੀ ਰਾਮ ਮਹਿਰਾ ਜੀ ਦੇ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦੇ ਪਾਣੀ ਦੇ ਨਾਲ ਸੇਵਾ ਕੀਤੀ ਸੀ। ਅਤੇ ਪਹਿਲਾਂ ਤੁਹਾਨੂੰ ਠੰਡੇ ਬੁਰਜ ਦੇ ਦਰਸ਼ਨ ਕਰਵਾਉਣੇ ਆ ਜਿੱਥੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਸ਼ਹਿਰ ਦੇ ਵਿੱਚ ਜਿੱਥੇ ਕੈਦ ਰੱਖਿਆ ਗਿਆ ਸਭ ਤੋਂ ਪਹਿਲਾਂ ਜੀ। ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਉਸ ਠੰਡੇ ਬੁਰਜ ਦੇ ਜਿੱਥੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਸੀ। ਇਹ ਜਿਹੜੀਆਂ ਤੁਸੀਂ ਕੰਧਾਂ ਹੁਣ ਦੇਖ ਰਹੇ ਹੋ ਨਾ, ਇਹ ਵੈਸੇ ਰੈਨੋਵੇਟ ਕਰਕੇ ਗਈਆਂ ਨੇ, ਰੈਨੋਵੇਟ ਕਰ ਕੀਤੀਆਂ ਹੋਈਆਂ ਨੇ ਦੁਬਾਰਾ। ਉਸ ਟਾਈਮ ਦੀਆਂ ਕੰਧਾਂ ਤਾਂ ਹੈਗੀਆਂ ਨੇ ਪਰ ਉੱਪਰ ਇਹਦੇ ਦੁਬਾਰੇ ਮਤਲਬ ਇਹਨੂੰ ਰੈਨੋਵੇਟ ਕੀਤਾ ਗਿਆ ਜੀ। ਅਤੇ ਇੱਧਰ ਗੁਰਦੁਆਰਾ ਸਾਹਿਬ ਇੱਧਰ ਪਾਸੇ ਆਹ ਡਿਓੜੀ ਬਣੀ ਹੋਈ ਆ, ਇੱਧਰੋਂ ਮੇਨ ਐਂਟਰੀ ਆ ਜੀ। ਇਹਦੇ ਪਾਸੇ ਸੰਗਤ ਇੱਧਰੋਂ ਉੱਤਰ ਰਹੀ ਹੈ ਨਾ ਆਹ ਵਾਲੀ ਥਾਂ ਤੋਂ, ਇਹ ਨੋਰਮਲ ਦਿਨਾਂ ਦੇ ਵਿੱਚ ਇਹ ਬੰਦ ਹੁੰਦਾ ਜੀ। ਅਤੇ ਹੁਣ ਛੋਟੇ ਸਾਹਿਬਜ਼ਾਦਿਆਂ ਸ਼ਹੀਦੀ ਦੇ ਦਿਨ ਚੱਲਦੇ ਨੇ ਤਾਂ ਕਰਕੇ ਸੰਗਤ ਇੱਥੇ ਜ਼ਿਆਦਾ ਜੀ। ਹੁਣ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ, ਅਤੇ ਗੁਰਦੁਆਰਾ ਸਾਹਿਬ ਦਾ ਨਾਮ ਵੀ ਹੈ ਜੀ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੀ ਜਦੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਨਾ ਠੰਡੇ ਬੁਰਜ ਦੇ ਵਿੱਚ ਕੈਦ ਸੀ। ਅਤੇ ਜਦੋਂ ਇਹਨਾਂ ਦੀ ਸ਼ਿਕਾਇਤ ਹੋਈ ਹੈ ਫਿਰ ਇਹਨਾਂ ਦਾ ਸਾਰਾ ਪਰਿਵਾਰ ਕੁੰਡ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਬਾਬਾ ਮੋਤੀ ਰਾਮ ਮਹਿਰਾ ਜੀ ਦਾ। ਅੰਦਰ ਜਾ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਹਾਂ। ਅਤੇ ਇੱਧਰਲੇ ਪਾਸੇ ਤੁਸੀਂ ਇਤਿਹਾਸ ਦਾ ਬੋਰਡ ਵੀ ਲੱਗਿਆ ਹੋਇਆ, ਇਹਦੇ ਵਿੱਚ ਲਿਖਿਆ ਵੀ ਹੋਇਆ ਕਿ ਜਦੋਂ ਉਹਨਾਂ ਦੀ ਸ਼ਿਕਾਇਤ ਹੋਈ ਹੈ ਨਾ ਤਾਂ ਬਾਅਦ ਦੇ ਵਿੱਚ ਕੋਹਲੂ ਦੇ ਵਿੱਚ ਪੀੜ ਕੇ ਨਾ ਉਹਨਾਂ ਦਾ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਇੱਥੇ ਲਿਖਿਆ ਹੋਇਆ ਕਿ ਉਹਨਾਂ ਦਾ ਪਰਿਵਾਰ ਸਮੇਤ ਵੇਲਣੇ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉੱਪਰ ਆ ਤਸਵੀਰ ਦੇ ਵਿੱਚ ਉਹ ਚੀਜ਼ ਬਿਆਨ ਕੀਤੀ ਜਾ ਰਹੀ ਆ ਕਿ ਜਦੋਂ ਉਹਨਾਂ ਦਾ ਪਰਿਵਾਰ ਸਾਰਾ ਸ਼ਹੀਦ ਕੀਤਾ ਗਿਆ, ਉਹਨਾਂ ਦੇ ਬੱਚੇ ਨੂੰ ਇਸ ਵੇਲਣੇ ਵਿੱਚ ਦੀ ਕੱਢ ਕੇ ਮੁਗਲ ਫੌਜਾਂ ਨੇ ਸਜ਼ਾ ਲਾਈ ਸੀ ਜਦੋਂ ਉਹਨਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ ਦੁੱਧ ਪ੍ਰਸ਼ਾਦੇ ਨਾਲ ਅਤੇ ਜਲ ਦੇ ਨਾਲ। ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਲੱਗਿਆ ਹੋਇਆ ਜੀ ਬੋਰਡ ਇਹ।
ਅਤੇ ਭੋਰਾ ਸਾਹਿਬ ਦੇ ਥੱਲੇ ਆਉਣ ਸਾਰ ਹੀ ਨਾ ਇੱਧਰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹਨਾਂ ਗਲਾਸਾਂ ਦੇ ਨਾਲ ਦੁੱਧ ਪਿਲਾਇਆ ਸੀ, ਸਾਹਮਣੇ ਤੁਸੀਂ ਉਹੀ ਗਲਾਸਾਂ ਦੇ ਹੁਣ ਦਰਸ਼ਨ ਕਰ ਰਹੇ ਹੋ ਜੀ। ਦੋ ਗਲਾਸ ਨੇ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਇਹਨਾਂ ਗਲਾਸਾਂ ਦੇ ਨਾਲ ਦੁੱਧ ਪੀਤਾ ਸੀ, ਜਿਵੇਂ ਕਿ ਤੁਸੀਂ ਇਸ ਰੂਪ ਦੇ ਵਿੱਚ ਤਸਵੀਰ ਦੇ ਵਿੱਚ ਜਿਵੇਂ ਦਿਖਾਇਆ ਹੋਇਆ ਨਾ, ਇਹ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਸਾਹਿਬ ਵਿੱਚ ਪਏ ਨੇ। ਅਤੇ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਨਾ ਇੱਕ ਦਰਗਾਹ ਵੀ ਬਣੀ ਹੋਈ ਆ, ਇਹ ਰੋਜ਼ਾ ਸ਼ਰੀਫ ਕਹਿੰਦੇ ਦਰਗਾਹ ਨੂੰ। ਅਤੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਨੂੰ ਫਤਿਹ ਕੀਤਾ ਨਾ, ਤਾਂ ਉਹਨਾਂ ਨਾਲ ਦੇ ਸਿੰਘਾਂ ਨੇ ਵੀ ਕਿਹਾ ਆਪਾਂ ਇਹ ਦਰਗਾਹ ਨੂੰ ਵੀ ਤਹਿਸ ਨਹਿਸ ਕਰ ਦਿੰਦੇ ਹਾਂ। ਤਾਂ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਸੀ ਕਿ ਆਪਣਾ ਜਿਹੜਾ ਰੌਲਾ ਭਾਈ ਮੁਗਲ ਧਰਮ ਦੇ ਮੁਗਲਾਂ ਦੇ ਨਾਲ ਆ, ਉਹਨਾਂ ਦੇ ਧਰਮ ਦੇ ਨਾਲ ਨਹੀਂ। ਤਾਂ ਫਿਰ ਮਤਲਬ ਇਹ ਦਰਗਾਹ ਉਸੇ ਟਾਈਮ ਦੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਹਮਲਾ ਬੋਲਿਆ ਸੀ, ਤਾਂ ਮੁਗਲਾਂ ਦੇ ਟਾਈਮ ਦੀ। ਅਤੇ ਇੱਧਰਲੇ ਪਾਸੇ ਆ ਜੀ ਠੰਡਾ ਬੁਰਜ, ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ, ਠੰਡੇ ਬੁਰਜ ਦੇ ਉੱਪਰ ਲੱਗਿਆ ਹੋਇਆ। ਅਤੇ ਇੱਧਰੋਂ ਬਾਅਦ ਜਦੋਂ ਆਪਾਂ ਸਿੱਧਾ ਚੱਲ ਕੇ ਇੱਧਰਲੇ ਪਾਸੇ ਆਉਂਦੇ ਹਾਂ ਨਾ, ਇਹ ਮੇਨ ਸਥਾਨ ਆ ਜੀ ਜਿੱਥੇ ਕਿ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਪਹਿਲੀ ਮੰਜ਼ਿਲ ਦੇ ਉੱਤੇ ਨਾ ਗਰਾਊਂਡ ਫਲੋਰ ਦੇ ਉੱਤੇ ਮਹਾਰਾਜ ਜੀ ਦਾ ਪ੍ਰਕਾਸ਼ ਆ, ਅਤੇ ਉਹ ਜਿਹੜੀਆਂ ਕੰਧਾਂ ਉਸ ਵੇਲੇ ਦੀਆਂ ਜਿਨ੍ਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ, ਉਹ ਭੋਰਾ ਸਾਹਿਬ ਦੇ ਅੰਦਰ ਨੇ, ਥੱਲੇ ਜਾ ਕੇ ਨੇ ਉਹ, ਉਹਦੇ ਵੀ ਆਪਾਂ ਦਰਸ਼ਨ ਮੇਲਾ ਕਰਵਾਵਾਂਗੇ। ਅਤੇ ਇਹਦੇ ਬਿਲਕੁਲ ਸਾਹਮਣੇ ਇੱਧਰਲੇ ਪਾਸੇ ਇੱਕ ਹੋਰ ਇੱਕ ਤਰ੍ਹਾਂ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਜੀ, ਕਿਉਂਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਨੂੰ ਫਤਿਹ ਕੀਤਾ ਨਾ, ਤਾਂ ਉਹਨਾਂ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਸੀ, 6000 ਸਿੰਘ ਸ਼ਹੀਦ ਹੋਏ ਸੀ, ਉਹਨਾਂ ਦਾ ਸੰਸਕਾਰ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਜੀ। ਬਿਲਕੁਲ ਸਾਹਮਣੇ ਆ ਇਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ, ਇਹਦੇ ਵੀ ਦਰਸ਼ਨ ਕਰਕੇ ਜਾਇਆ ਕਰੋ, ਮੱਥਾ ਟੇਕ ਕੇ ਜਾਇਆ ਕਰੋ। 6000 ਸਿੰਘ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀ ਇਸ ਜਗ੍ਹਾ ਦੇ ਉੱਤੇ ਜੀ। ਅਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਇਹਦੇ ਉੱਤੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੋਇਆ, ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ। 6000 ਸਿੰਘਾਂ ਨੂੰ ਸੰਸਕਾਰ ਕੀਤਾ ਗਿਆ ਸੀ ਇਸ ਜਗ੍ਹਾ ਦੇ ਉੱਤੇ। ਇਸ ਜਗ੍ਹਾ ਦੇ ਬਿਲਕੁਲ ਸਾਹਮਣੇ ਇੱਧਰ ਫਤਿਹਗੜ੍ਹ ਸਾਹਿਬ ਮੇਨ ਸਥਾਨ, ਜਿੱਥੇ ਕਿ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਇਹ ਜੋੜ ਮੇਲਾ ਹੋਣ ਕਰਕੇ ਨਾ ਨੇੜੇ, ਤਾਂ ਕਰਕੇ ਸੰਗਤਾਂ ਦਾ ਆਉਣਾ ਇਕੱਠ ਹੋਣਾ ਸ਼ੁਰੂ ਹੋ ਗਿਆ, ਅਤੇ 10-12 ਦਿਨ ਪਹਿਲਾਂ ਹੀ ਰਾਹ ਦੇ ਵਿੱਚ ਲੰਗਰ ਲੱਗਣ ਲੱਗ ਜਾਂਦੇ ਨੇ ਜੋੜ ਮੇਲੇ ਤੋਂ 10-12 ਦਿਨ ਪਹਿਲਾਂ ਹੀ। ਹੁਣ ਜਿੱਥੇ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਨਾ, ਮਹਾਰਾਜ ਜੀ ਦਾ ਪ੍ਰਕਾਸ਼ ਆ, ਇੱਥੇ ਹੀ ਨੇ ਉਹ ਕੰਧਾਂ ਉਹਦੇ ਨੀਚੇ, ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ ਗਿਆ ਸੀ, ਲਾਲ ਰੰਗ ਦੀਆਂ ਕੰਧਾਂ ਨੇ, ਤੁਸੀਂ ਨੀਚੇ ਦੇ ਦਰਸ਼ਨ ਕਰ ਰਹੇ ਹੋ। ਇਹ ਭੋਰਾ ਸਾਹਿਬ ਦੇ ਵਿੱਚ ਜਾ ਕੇ ਬਣਿਆ ਹੋਇਆ ਸ਼ਹੀਦੀ ਅਸਥਾਨ। ਇੱਧਰਲੇ ਪਾਸੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣ ਤੋਂ ਬਾਅਦ ਨਾ, ਹੁਣ ਸਾਹਮਣੇ ਤੁਹਾਨੂੰ ਆਪਾਂ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਬਿਵਾਨਗੜ੍ਹ ਸਾਹਿਬ। ਬਹੁਤ ਘੱਟ ਲੋਕ ਇੱਥੇ ਆਉਂਦੇ ਨੇ, ਬਹੁਤ ਘੱਟ ਲੋਕਾਂ ਨੂੰ ਪਤਾ ਇਸ ਜਗ੍ਹਾ ਦਾ। ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾ ਮੇਨ ਜੋ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਪਿੱਛੇ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਬਣਿਆ ਹੋਇਆ ਜੀ। ਜਦੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਨਾ, ਤਾਂ ਉਸ ਤੋਂ ਬਾਅਦ ਉਹਨਾਂ ਨੇ ਪਵਿੱਤਰ ਦੇਹਾਂ ਨੂੰ ਇਸ ਜੰਗਲ, ਇੱਥੇ ਪਾਸੇ ਨਾ ਪਿਛਲੇ ਪਾਸੇ ਜੰਗਲ ਹੁੰਦਾ ਸੀ ਜਿੱਥੇ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ, ਇੱਥੇ ਉਹਨਾਂ ਨੇ ਪਵਿੱਤਰ ਦੇਹਾਂ ਨੂੰ ਸੁੱਟ ਦਿੱਤਾ ਜਾਂਦਾ ਤਾਂ ਜੋ ਜੰਗਲੀ ਜਾਨਵਰ ਉਹਨਾਂ ਨੂੰ ਖਾ ਸਕਣ। ਇੱਧਰਲੇ ਪਾਸੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੋਇਆ ਹੈ ਨਾ, ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ। ਹੋਇਆ ਕੀ ਸੀ ਜਦੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੀਆਂ ਦੇ ਪਵਿੱਤਰ ਦੇਹਾਂ ਨੂੰ ਇਸ ਜਗ੍ਹਾ ਦੇ ਉੱਤੇ ਸੁੱਟ ਦਿੱਤਾ ਜਾਂਦਾ ਨਾ ਤਾਂ ਜੋ ਜੰਗਲੀ ਜਾਨਵਰ ਉਹਨਾਂ ਨੂੰ ਖਾ ਸਕਣ, ਪਰ ਉਹਨਾਂ ਦੀ ਰੱਖਿਆ ਕਹਿੰਦੇ ਬੱਬਰ ਸ਼ੇਰਾਂ ਨੇ ਕੀਤੀ ਸੀ ਇਸ ਜਗ੍ਹਾ ਦੇ ਉੱਤੇ ਹੋਰ ਜੰਗਲੀ ਜਾਨਵਰਾਂ ਤੋਂ। ਮਤਲਬ ਬੱਬਰ ਸ਼ੇਰਾਂ ਨੇ 48 ਘੰਟੇ ਇਸ ਜਗ੍ਹਾ ਦੇ ਉੱਤੇ ਰੱਖਿਆ ਕੀਤੀ ਸੀ, ਜਿੱਥੇ ਜਿੱਥੇ ਉਹਨਾਂ ਦੀ ਦੇਹ ਪਈ ਸੀ, ਅੱਜ ਉੱਥੇ ਥੜਾ ਸਾਹਿਬ ਬਣਿਆ ਹੋਇਆ, ਉਹ ਵੀ ਜਾ ਕੇ ਸੁਣੋ ਆਪਾਂ ਦਰਸ਼ਨ ਮੇਲਾ ਕਰਵਾਉਣੇ ਹਾਂ।
ਹੁਣ ਜਿਹੜੇ ਤੁਸੀਂ ਸਾਹਮਣੇ ਥੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ, ਇਹ ਥੜਾ ਮਾਤਾ ਗੁਜਰੀ ਜੀ ਦਾ, ਮਤਲਬ ਜਦੋਂ ਉਹਨਾਂ ਨੇ ਪਵਿੱਤਰ ਦੇਹਾਂ ਨੂੰ ਹੈ ਨਾ ਸ਼ਹੀਦੀ ਤੋਂ ਬਾਅਦ ਉਹਨਾਂ ਨੇ ਜੰਗਲਾਂ ਦੇ ਵਿੱਚ ਸਿੱਟਿਆ ਸੀ, ਤਾਂ ਇਸ ਜਗ੍ਹਾ ਦੇ ਉੱਤੇ ਮਾਤਾ ਗੁਜਰ ਕੌਰ ਜੀ ਦਾ ਸਰੀਰ ਪਿਆ ਸੀ, ਇੱਥੇ ਮਾਤਾ ਜੀ ਦੀ ਯਾਦ ਦੇ ਵਿੱਚ ਥੜਾ ਬਣਿਆ ਹੋਇਆ, ਅਤੇ ਇਹ ਜਿਹੜਾ ਭੂਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਨਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਦੇ ਨੀਚੇ ਜਾ ਕੇ ਹੈ, ਅਤੇ ਹੁਣ ਆਇਆ ਜੀ ਥੜਾ ਬਾਬਾ ਜ਼ੋਰਾਵਰ ਸਿੰਘ ਜੀ, ਇੱਥੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਸਰੀਰ ਸੀ, ਅਤੇ ਇਸ ਤੋਂ ਬਾਅਦ ਜਿਹੜਾ ਥੜਾ ਹੈਗਾ ਜੀ ਉਹ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ। ਇਹ ਹੰਸਲਾ ਨਦੀ ਦੇ ਕਿਨਾਰੇ ਦੇ ਉੱਤੇ ਇਹ ਚੀਜ਼ਾਂ ਬਣੀਆਂ ਹੋਈਆਂ ਸੀ, ਪਿੱਛੇ ਨਦੀ ਚੱਲਦੀ ਸੀ ਹੰਸਲਾ ਨਦੀ, ਉਹਦੇ ਕਿਨਾਰੇ ਦੇ ਉੱਤੇ ਉਹਨਾਂ ਦੇ ਸਰੀਰ ਸਿੱਟੇ ਗਏ ਸੀ, ਅਤੇ ਇਹ ਥੜਾ ਜਿਹੜਾ ਲਾਸਟ ਵਾਲਾ ਜੀ ਇਹ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਆ, ਅਤੇ ਸੱਜੇ ਪਾਸੇ ਹੀ ਨਾ ਇਹਦੇ ਆਹ ਦੇਖੋ ਹੰਸਲਾ ਨਦੀ ਚੱਲਦੀ ਆ, ਉਹਦੀ ਨਿਸ਼ਾਨੀ ਇੱਥੇ ਲਾਈ ਹੋਈ ਆ ਕਿ ਇੱਥੋਂ ਦੀ ਚੱਲਦੀ ਹੁੰਦੀ ਸੀ, ਅਤੇ ਹੰਸਲਾ ਨਦੀ ਦੇ ਬਿਲਕੁਲ ਸਾਹਮਣੇ ਹੀ ਉਹਨਾਂ ਦੇ ਸਰੀਰ ਪਏ ਸੀ, ਅਤੇ ਬੱਬਰ ਸ਼ੇਰਾਂ ਨੇ ਇੱਥੇ 48 ਘੰਟੇ ਉਹਨਾਂ ਦੀ ਰੱਖਿਆ ਕੀਤੀ ਸੀ। ਇਹ ਹੰਸਲਾ ਨਦੀ ਉਸ ਵੇਲੇ ਦੀ ਨਿਸ਼ਾਨੀ ਵਜੋਂ ਰੱਖੀ ਹੋਈ ਆ ਇੱਧਰੋਂ ਵੀ। ਜੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਪਹੁੰਚ ਗਿਆ ਜੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ, ਅਤੇ ਇਹ ਗੁਰਦੁਆਰਾ ਸਾਹਿਬ ਉਹ ਆ ਜੀ ਉਹ ਜਗ੍ਹਾ ਇਹ ਜਿੱਥੇ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ, ਅਤੇ ਅੰਦਰ ਜਾ ਕੇ ਤੁਹਾਨੂੰ ਇਤਿਹਾਸ ਦਾ ਬੋਰਡ ਵੀ ਆਪਾਂ ਦਿਖਾ ਦਿੰਦੇ ਹਾਂ, ਅਤੇ ਉਹ ਜਗ੍ਹਾ ਐਗਜੈਕਟ ਲੋਕੇਸ਼ਨ ਜਿੱਥੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਟੋਡਰ ਮੱਲ ਜੀ ਨੇ ਜ਼ਮੀਨ ਖਰੀਦੀ ਸੀ, ਫਿਰ ਜਾ ਕੇ ਉੱਥੇ ਸੰਸਕਾਰ ਕੀਤਾ ਗਿਆ ਸੀ। ਪਾਸੇ ਨੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੋਇਆ, ਤੁਸੀਂ ਸਕਰੀਨ ਸ਼ੋਟ ਲੈ ਕੇ ਭਾਈ ਇਤਿਹਾਸ ਨੂੰ ਪੜ੍ਹ ਸਕਦੇ ਹੋ, ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ। 9 ਸਾਲ ਦੀ ਉਮਰ ਸੀ ਜੀ ਬਾਬਾ ਜ਼ੋਰਾਵਰ ਸਿੰਘ ਜੀ ਦੀ, ਅਤੇ ਬਾਬਾ ਫਤਿਹ ਸਿੰਘ ਜੀ ਦੀ 7 ਸਾਲ ਦੀ ਉਮਰ ਸੀ, ਅਤੇ ਇੱਥੇ ਵੈਸੇ ਮਾਤਾ ਗੁਜਰ ਕੌਰ ਜੀ ਦੀ ਉਮਰ ਨਹੀਂ ਲਿਖੀ ਹੋਈ, ਪਰ ਜਿੱਥੇ ਤੱਕ ਇਤਿਹਾਸ ਦੱਸਦਾ ਕਿ ਉਹਨਾਂ ਦੀ ਉਮਰ 80 ਸਾਲ ਦੇ ਲਗਭਗ ਸੀ। ਤਾਂ ਜੋਤੀ ਸਰੂਪ ਸਾਹਿਬ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਤੇ ਨੇ, ਇਤਿਹਾਸ ਵੀ ਇੱਥੋਂ ਦਾ ਸਾਂਝਾ ਤੁਹਾਡੇ ਨਾਲ ਕਰਤਾ। ਇਸ ਤੋਂ ਬਾਅਦ ਹੁਣ ਜਿਹੜੀ ਅਸੀਂ ਜਗ੍ਹਾ ਦਿਖਾਉਣ ਜਾਵਾਂਗੇ ਜਾਂ ਜਗ੍ਹਾ ਦਿਖਾਵਾਂਗੇ ਨਾ, ਉਹ ਜਗ੍ਹਾ ਤੁਹਾਨੂੰ ਦਿਖਾਵਾਂਗੇ ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਜਿਹੜੇ ਫੁੱਲ ਸੀ ਜਾਂ ਅਸਥੀਆਂ ਉਹ ਕਿਹੜੀ ਜਗ੍ਹਾ ਦੇ ਉੱਤੇ ਨੇ, ਅੱਜ ਵੀ ਮੌਜੂਦ ਨੇ ਜੀ ਉਹ, ਅਤੇ ਜੇ ਕਿਸੇ ਨੂੰ ਪਤਾ ਤਾਂ ਭਾਈ ਜ਼ਰੂਰ ਕਮੈਂਟ ਕਰਕੇ ਦੱਸਿਓ, ਨਹੀਂ ਤਾਂ ਸਵੇਰੇ 9 ਵਜੇ ਵੀਡੀਓ ਆ ਜਾਣੀ ਆ, ਉਹਦੇ ਵਿੱਚ ਤੁਸੀਂ ਜ਼ਰੂਰ ਦੇਖ ਲਿਓ ਜੀ।